ਤੇ ਹੁਣ ਅਗਲੀ ਖਬਰ ਮੌਸਮ ਦੀ ਹੈ। ਆਉਣ ਵਾਲੇ 3 ਤੋਂ 4 ਦਿਨਾਂ ਵਿੱਚ ਮੌਸਮ ਵਿੱਚ ਕਾਫੀ ਬਦਲਾਅ ਆਵੇਗਾ ਤੇ ਗਰਮੀ ਵਿੱਚ ਵਾਧਾ ਹੋ ਸਕਦਾ। ਇਹ ਕਹਿਣਾ ਪੰਜਾਬ ਹਰਿਆਣਾ ਦੇ ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰਪਾਲ ਦਾ। ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਤਾਪਮਾਨ ਨਾਲ ਫਸਲਾਂ ਨੂੰ ਕੋਈ ਨੁਕਸਾਨ ਨਹੀਂ ਹੋ ਸਕਦਾ, ਪਰ ਜੇਕਰ ਗਰਮੀ ਅਚਾਨਕ ਵਧਦੀ ਹੈ ਤਾਂ ਉਸ ਕਾਰਨ ਫਸਲਾਂ ਨੂੰ ਨੁਕਸਾਨ ਵੀ ਹੋ ਸਕਦਾ। ਸੁਰਿੰਦਰਪਾਲ ਦਾ ਕਹਿਣਾ ਹੈ ਕਿ ਇਸ ਵਾਰ ਨਾਰਥ ਈਸਟ ਵਿੱਚ ਪਿਛਲੇ ਸਾਲਾਂ ਨਾਲੋਂ ਜ਼ਿਆਦਾ ਗਰਮੀ ਪੈ ਸਕਦੀ ਹੈ ਤੇ ਨਾਰਥ ਈਸਟ ਵਿੱਚ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵੀ ਨੇ। ਦੇਖੀਏ, ਟੈਂਪਰੇਚਰ ਅਭੀ ਨਾਰਮਲ ਕੇ ਆਸ ਪਾਸ ਹੀ ਹੈ। ਜੋ ਮੈਕਸੀਮਮ ਟੈਂਪਰੇਚਰ ਹੈ ਉਹ 30 ਡਿਗਰੀ ਸੈਲਸੀਅਸ ਕੇ ਆਸ ਪਾਸ ਹੈ ਪੰਜਾਬ, ਹਰਿਆਣਾ ਮੇਂ, ਔਰ ਜੋ ਮਿਨੀਮਮ ਟੈਂਪਰੇਚਰ ਹੈ ਉਹ 16 ਡਿਗਰੀ ਕੇ ਆਸ ਪਾਸ। ਹਲਕੇ ਸੇ ਜੋ ਮਿਨੀਮਮ ਟੈਂਪਰੇਚਰ ਹੈ ਜੋ ਰਾਤ ਕੇ ਤਾਪਮਾਨ ਹੈ ਉਸਮੇਂ ਹਲਕਾ ਸਾ ਹਲਕੀ ਸੀ ਬੜੋਤਰੀ ਹੈ, ਬਾਕੀ ਤੋਂ ਟੈਂਪਰੇਚਰ ਅਭੀ ਜ਼ਿਆਦਾ ਨਹੀਂ ਬੜੇ ਹੈ, ਨਾਰਮਲ ਕੇ ਆਸ ਪਾਸ ਚੱਲ ਰਹੇ। ਨਹੀਂ, ਪਿਛਲੇ ਸਾਲ ਸੇ ਤੋ ਟੈਂਪਰੇਚਰ ਕਮ ਹੈ ਅਭੀ, ਲਾਸਟ ਈਅਰ ਤੋ ਟੈਂਪਰੇਚਰ ਕੁਝ ਸਾਲ ਬੜ ਗਏ ਥੇ ਇਸ ਟਾਈਮ ਪੇ, ਅਭੀ ਤੋ ਸਾਮਾਨਿਆ ਕੇ ਆਸ ਪਾਸ ਚੱਲ ਰਹੇ ਹਨ। ਜਿਸ ਮੈਂ ਕਿਹਾ ਕਿ ਪਿੱਛੇ ਵੀ ਕੁਛ ਹਲਕੀ ਬਾਰਿਸ਼ ਹੋਈ, ਸਨੋਫਾਲ ਵੀ ਹੋਏ ਉੱਪਰ ਪਹਾੜੀ ਇਲਾਕੋ ਮੇਂ, ਤੋ ਉਸਕੀ ਵਜ੍ਹਾ ਸੇ ਟੈਂਪਰੇਚਰ ਅਭੀ ਕੰਟਰੋਲ ਹੈ। ਇਹ ਕਿ ਲੇਕਿਨ ਆਨੇ ਵਾਲੇ ਟਾਈਮ ਮੇਂ ਕੁਛ ਬੜੇਂਗੇ ਟੈਂਪਰੇਚਰ ਅਭੀ, ਆਗੇ 3 ਸੇ 4 ਦਿਨ ਜੋ ਹੈ ਵੈਦਰ ਡਰਾਈ ਰਹੇਗੇ, ਮਤਲਬ ਬਾਰਿਸ਼ ਨਹੀਂ ਹੈ, ਤੋ ਉਸ ਵਜ੍ਹਾ ਸੇ ਜੋ ਤਾਪਮਾਨ ਹੈ ਉਸਮੇਂ ਕੁਛ ਬੜੋਤਰੀ ਆ ਜਾਏ। ਅਭੀ ਤੋ ਠੀਕ ਹੈ, ਅਭੀ ਕੋਈ ਪ੍ਰੋਬਲਮ ਨਹੀਂ ਹੈ ਕ੍ਰੋਪਸ ਕੇ ਲੀਏ, ਕਿਉਂਕਿ ਅਨੁਕੂਲ ਟੈਂਪਰੇਚਰ ਹੈ, ਔਰ ਲਗਾਤਾਰ ਬੜੇਂਗੇ ਤੋ ਫਿਰ ਥੋੜ੍ਹਾ ਸਾ ਪ੍ਰੋਬਲਮ ਆਤਾ ਹੈ, ਲੇਕਿਨ ਅਭੀ ਤੋ ਫਿਲਹਾਲ ਤੋ ਠੀਕ ਹੈ। ਮੈਕਸੀਮਮ ਤੋ 30 ਡਿਗਰੀ ਕੇ ਆਸ ਪਾਸ ਹੈ ਪੂਰੇ ਰੀਜਨ ਮੇਂ, ਔਰ ਮਿਨੀਮਮ ਟੈਂਪਰੇਚਰ 15 ਸੇ 16 ਡਿਗਰੀ ਸੈਲਸੀਅਸ ਕੇ ਬੀਚ ਮੇਂ ਜੋ ਹੈ ਚੱਲ ਰਹੇ। ਹਿਊਮਿਡਿਟੀ ਕਮ ਹੈ ਅਭੀ, 60 ਸੇ 65% ਕੇ ਬੀਚ ਮੇਂ ਮੋਰਨਿੰਗ ਮੇਂ ਹੈ, ਔਰ ਈਵਨਿੰਗ ਟਾਈਮ ਮੇਂ ਕਮ ਹੋ ਜਾਤਾ ਹੈ।